ਤੇ ਕਿੱਦਾਂ ਦੋਸਤੋ ਹੋਪ ਕਰਦਾ ਤੁਸੀਂ ਸਾਰੇ ਵਧੀਆ ਹੋਗੇ। ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਸਿੱਧੂ ਮੂਸੇਵਾਲੇ ਤੇ ਬੋਹੀਮੀਆ, ਸਿੱਧੂ ਦੇ 100 ਹਾਈ ਗਾਣੇ ਦੇ ਡਾਇਰੈਕਟਰ ਰੋਜ਼ੀਲਾ ਦੀ ਤੇ ਕਰਨ ਔਜਲਾ ਦੀ ਐਲਬਮ ਦੇ ਪੋਸਟਰ ਬਾਰੇ। ਤੇ ਸਭ ਨਾਲ ਪਹਿਲੇ ਗੱਲ ਕਰਾਂਗੇ ਸਿੱਧੂ ਮੂਸੇਵਾਲੇ ਦੀ ਤੇ ਬੋਹੀਮੀਆ ਦੀ, ਜਿਵੇਂ ਕਿ ਬੋਹੀਮੀਆ ਨੇ ਕਨੈਕਟ ਐਫਐਮ ਦੇ ਰੀਸੈਂਟ ਇੰਟਰਵਿਊ ਵਿੱਚ ਸਿੱਧੂ ਬਾਰੇ ਗੱਲ ਕੀਤੀ ਕਿ ਸਿੱਧੂ ਦਾ ਪਾਕਿਸਤਾਨ ਆਉਣ ਦਾ ਪਲਾਨ ਹੈਗਾ ਸੀ। ਬੋਹੀਮੀਆ ਨੇ ਦਸੰਬਰ ਜਿਹੜੇ ਪਾਕਿਸਤਾਨ ਨੇ ਲਾਹੌਰ ਤੇ ਇਸਲਾਮਾਬਾਦ ਸ਼ੋਅ ਕੀਤੇ ਨੇ। ਬੋਹੀਮੀਆ ਦੱਸਦਾ ਕਿ ਇਹਨਾਂ ਸ਼ੋਆਂ 'ਚ ਮੇਰੇ ਨਾਲ ਸਿੱਧੂ ਨੇ ਵੀ ਹੋਣਾ ਸੀ ਤੇ ਅਸੀਂ ਦੋਨਾਂ ਨੇ ਸੇਮ ਬੀਫ ਗਾਣਾ ਪਰਫਾਰਮ ਕਰਨਾ ਸੀ ਲਾਹੌਰ ਵਿੱਚ। ਅਸੀਂ ਪਲਾਨ ਕੀਤੇ ਸੀ ਕਿ ਸੇਮ ਬੀਫ ਤੇ ਪਰਫਾਰਮ ਨਾਲ ਕਰਾਂਗੇ, ਸਪੈਸ਼ਲੀ ਪਾਕਿਸਤਾਨ ਲਾਹੌਰ 'ਚ। ਗੱਲ ਕਰਨੇ ਸਿੱਧੂ ਦੇ 100 ਹਾਈ ਗਾਣਾ ਜਿਹੜਾ ਕਿ 2016 ਸ਼ੂਟ ਹੋਇਆ ਸੀ, ਉਹਦੇ ਡਾਇਰੈਕਟਰ ਰੋਜ਼ ਜ਼ਿਲ੍ਹਾ ਨੇ, ਜਿੰਦਾ ਕਿ ਨਾਮ 333 ਜ਼ਿਲ੍ਹਾ ਵੀ ਹੈਗਾ, ਉਹ ਬੰਦੇ ਨੇ ਸਿੱਧੂ ਨੂੰ ਟ੍ਰਿਬਿਊਟ ਦਿੱਤਾ ਹੈ। ਸਿੱਧੂ ਬ੍ਰੈਂਪਟਨ ਵਾਲੇ ਦੇ ਨਾਮ ਤੋਂ YouTube ਤੇ ਗਾਣਾ ਆਇਆ ਜਿੰਦੇ 'ਚ ਉਹਨੇ ਕਾਫੀ ਸ਼ਾਟ ਪਾਏ ਨੇ। ਸਿੱਧੂ ਮੂਸੇਵਾਲੇ ਦੇ ਪਿੱਛੇ ਟੈਟੂ ਲੱਗੇ ਨੇ ਦੀਵਾਰਾਂ ਤੇ। ਸੱਚੀ ਯਾਰ ਹਾਲੀਵੁੱਡ ਟਾਕਸ ਅਬਾਊਟ ਸਿੱਧੂ। ਫਿਰ ਗੱਲ ਕਰਨੇ ਓਜੇ ਦੇ ਐਲਬਮ ਦੇ ਪੋਸਟਰ ਬਾਰੇ। ਐਲਬਮ ਦੇ ਪੋਸਟਰ ਹੁੰਦਾ ਹਾਲੇ ਤੀਕਰ ਕੋਈ ਨਹੀਂ ਆਇਆ, ਜੂਨ ਦੇ ਐਂਡ ਤੇ ਰਿਲੀਜ਼ ਹੋਣਾ ਸੀ, ਅੱਜ ਜੁਲਾਈ ਦੀ 2 ਹੋ ਚੁੱਕੀ ਹੈ। ਓਜੇ ਦੇ ਇੰਸਟਾ ਅਕਾਊਂਟ ਤੇ ਗਲਿਚ ਚੱਲ ਰਿਹਾ ਜਿੰਦੇ ਤੇ ਤੁਸੀਂ ਅਗਰ ਉਹਦੇ DM ਕਰੋ ਤੇ ਉੱਥੇ ਲਿਖਿੰਦਾ 2 ਪੋਸਟ, ਅਗਰ ਉਹਦੇ ਇੰਸਟਾ ਅਕਾਊਂਟ ਤੇ ਜਾਓ ਉੱਥੇ 1 ਪੋਸਟ ਹੀ ਸ਼ੋਅ ਹੁੰਦੀ, ਪਰ ਹਾਲੇ ਤੀਕਰ ਉਹ ਫਾਈਨਲ ਨਹੀਂ ਹੋ ਰਿਹਾ, ਇਸ ਵਜ੍ਹਾ ਤੋਂ ਆਪਾਂ ਨੂੰ ਸ਼ੋਅ ਨਹੀਂ ਕੀਤਾ ਜਾ ਰਿਹਾ। ਬਾਕੀ ਤੁਹਾਨੂੰ ਕਿੰਨਾ ਕੁ ਇੰਤਜ਼ਾਰ ਹੈ ਥੱਲੇ ਕਮੈਂਟਾਂ ਜ਼ਰੂਰ ਦੱਸਿਆ ਜੇ। ਇਸ ਸਾਰੇ ਫਾਲੋ ਮਾਰ ਰਿਹਾ ਜੀ, ਮਿਲਣਾ ਕਿਸੇ ਨੈਕਸਟ ਵੀਡੀਓ ਤੱਕ। ਲਵ ਯੂ ਗਾਇਜ਼।